ਨਗਰ ਕੌਂਸਲ ਗੁਰਾਇਆਂ ਦੇ ਵਾਈਸ ਪ੍ਰਧਾਨ ਦੀ ਚੋਣ ਨਗਰ ਕੌਂਸਲ ਗੁਰਾਇਆਂ 'ਚ ਚੋਣ ਕਨਵੀਨਰ ਤਹਿਸੀਲਦਾਰ ਤਪਨ ਭਰੋਂਟ ਵੱਲੋਂ ਕਰਵਾਈ ਗਈ। ਇਸ ਚੋਣ ਪ੍ਰਕਿਰਿਆ ਵਿੱਚ ਨਗਰ ਕੌਂਸਲਰ ਦੇ 13 ਕੌਂਸਲਰਾਂ ਵਿੱਚੋਂ 11 ਕੌਂਸਲਰ ਹਾਜ਼ਰ ਰਹੇ, ਜਿਨ੍ਹਾਂ ਨੂੰ ਸਾਰੀ ਚੋਣ ਪ੍ਰਕਿਰਿਆ ਬਾਰੇ ਕਨਵੀਨਰ ਤਹਿਸੀਲਦਾਰ ਤਪਨ ਭਰੋਂਟ ਵੱਲੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਤਪਨ ਭਰੋਂਟ ਨੇ ਦੱਸਿਆ ਕਿ ਕੌਂਸਲਰ ਅੰਜੂ ਅਟਵਾਲ ਵੱਲੋਂ ਵਾਈਸ ਪ੍ਰਧਾਨ ਲਈ ਕੌਂਸਲਰ ਰਵਿੰਦਰਪਾਲ ਸਿੰਘ ਰਿੰਕੂ ਦਾ ਨਾਮ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਰਜੀਵ ਪੁੰਜ ਬਿੱਟੂ ਸਾਬਕਾ ਵਾਈਸ ਪ੍ਰਧਾਨ ਨੇ ਸਹਿਮਤੀ ਪ੍ਰਗਟਾਈ, ਜਿਸ ਤੋਂ ਬਾਅਦ ਹਾਜ਼ਰ ਸਾਰੇ ਕੌਂਸਲਰਾਂ ਵੱਲੋਂ ਸਰਵਸੰਮਤੀ ਨਾਲ ਰਵਿੰਦਰਪਾਲ ਸਿੰਘ ਰਿੰਕੂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਨਵੇਂ ਚੁਣੇ ਗਏ ਵਾਈਸ ਪ੍ਰਧਾਨ ਰਵਿੰਦਰਪਾਲ ਸਿੰਘ ਰਿੰਕੂ ਦਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ, ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਕੌਂਸਲਰ ਬਲਜਿੰਦਰ ਕਾਲਾ, ਕੌਂਸਲਰ ਅੰਜੂ ਅਟਵਾਲ ਅਤੇ ਬਾਕੀ ਹਾਜ਼ਰ ਕੌਂਸਲਰਾਂ ਸਹਿਬਾਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਵਾਈਸ ਪ੍ਰਧਾਨ ਰਵਿੰਦਰਪਾਲ ਸਿੰਘ ਰਿੰਕੂ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਚੌਧਰੀ ਵਿਕਰਮਜੀਤ ਸਿੰਘ ਅਤੇ ਸਮੂਹ ਕੌਂਸਲਰਾਂ ਦਾ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਉਣ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਕੌਂਸਲਰ ਬਲਜਿੰਦਰ ਕਾਲਾ, ਕੌਂਸਲਰ ਅੰਜੂ ਅਟਵਾਲ, ਵਾਈਸ ਪ੍ਰਧਾਨ ਕਾਂਗਰਸ ਗੁਰਾਇਆਂ ਸੰਜੇ ਅਟਵਾਲ, ਕਾਰਜ ਸਾਧਕ ਅਫਸਰ ਰਣਧੀਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆਂ ਦਾਰਾ ਸਿੰਘ ਰਾਏ, ਕੌਂਸਲਰ ਰੌਸ਼ਨ ਲਾਲ ਬਿੱਟੂ, ਕੌਂਸਲਰ ਰਸ਼ਪਾਲ ਕੌਰ, ਕੌਂਸਲਰ ਹਰਮੇਸ਼ ਲਾਲ, ਕੌਂਸਲਰ ਅਨੁਰਾਧਾ ਭਾਰਦਵਾਜ, ਕੌਂਸਲਰ ਮਨੂ ਜੋਸ਼ੀ, ਕੌਂਸਲਰ ਰਾਜੀਵ ਪੁੰਜ, ਕੌਂਸਲਰ ਜਸਵਿੰਦਰ ਸਿੰਘ ਚਿੰਤਾ, ਪ੍ਰਧਾਨ ਕਾਂਗਰਸ ਗੁਰਾਇਆਂ ਮਨੀਸ਼ ਜੈਨ, ਅਨਿਲ ਜੋਸ਼ੀ, ਹਰਬੰਸ ਲਾਲ ਮਹਿਮੀ, ਜੀਵਨ ਦਾਸ, ਹੈਪੀ ਮਾਹੀ, ਪੰਕਜ ਭਾਰਦਵਾਜ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਅੱਜ ਨਗਰ ਕੌਂਸਲ ਗੁਰਾਇਆਂ ਦੇ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਯੂਨੈਨਿਮਸਲੀ ਅੱਜ ਇੱਥੇ ਗੁਰਾਇਆਂ ਵਿੱਚ ਕੀਤੀ ਗਈ ਹੈ ਔਰ ਕਾਂਗਰਸ ਪਾਰਟੀ ਦੇ ਬਹੁਤ ਹੀ ਜੁਝਾਰੂ ਔਰ ਨੌਜਵਾਨ ਲੀਡਰ ਰਵਿੰਦਰਪਾਲ ਸਿੰਘ ਜੀ ਰਿੰਕੂ, ਜਿਨ੍ਹਾਂ ਨੇ ਬਹੁਤ ਲੰਬਾ ਅਰਸਾ ਪਾਰਟੀ ਲਈ ਬਹੁਤ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਨੇ, ਪਾਰਟੀ ਦਾ ਗੁਰਾਇਆ ਸ਼ਹਿਰ ਦੇ ਵਿੱਚ ਬਹੁਤ ਆਪਣੇ ਪੂਰੇ ਜ਼ੋਰ ਨਾਲ ਪੂਰੇ ਡੈਡੀਕੇਸ਼ਨ ਨਾਲ ਕੰਮ ਕੀਤਾ। ਪਾਰਟੀ ਨੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣ ਦਾ ਫੈਸਲਾ ਕੀਤਾ ਔਰ ਮੈਨੂੰ ਖੁਸ਼ੀ ਹੈ ਸਾਰੇ ਹੀ ਕੌਂਸਲਰ ਸਾਹਿਬਾਨ ਨੇ ਇਹਨਾਂ ਨੂੰ ਆਪਣੀ ਸਪੋਰਟ ਦਿੱਤੀ ਹੈ ਔਰ ਇਹਨਾਂ ਨੂੰ ਅੱਜ ਇੱਥੇ ਇਲੈਕਟ ਕੀਤਾ। ਮੈਨੂੰ ਆਸ ਹੈ ਕਿ ਜਿਸ ਉਮੀਦ ਨਾਲ ਇਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਇਹ ਉਸ ਨੂੰ ਬਾਖੂਬ ਨਿਭਾਉਣਗੇ। ਮੈਂ ਰਾਜੀਵ ਪੁੰਜ ਜੀ ਜਿਹੜੇ ਕਿ ਇਹਨਾਂ ਤੋਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਰਹੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਉਹਨਾਂ ਦਾ ਵੀ ਬਹੁਤ ਕੰਟਰੀਬਿਊਸ਼ਨ ਰਿਹਾ। ਉਹਨਾਂ ਨੇ ਆਪਣੀ ਟਰਮ ਜਿੰਨੀ ਦੇਰ ਉਹ ਰਹੇ ਨੇ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਬਹੁਤ ਗੁਰਾਇਆ ਸ਼ਹਿਰ ਵਾਸਤੇ ਕੌਂਸਲ ਵਾਸਤੇ ਕੰਮ ਕੀਤਾ। ਮੈਂ ਉਹਨਾਂ ਨੇ ਜੋ ਡੈਡੀਕੇਸ਼ਨ ਨਾਲ ਕੰਮ ਕੀਤਾ ਉਹਨਾਂ ਦਾ ਆਪਣੇ ਵੱਲੋਂ, ਪਾਰਟੀ ਵੱਲੋਂ ਔਰ ਮੈਂਬਰ ਪਾਰਲੀਮੈਂਟ ਔਰ ਸੰਤੋਖ ਸਿੰਘ ਜੀ ਵੱਲੋਂ ਵੀ ਧੰਨਵਾਦ ਕਰਨਾ ਔਰ ਮੈਂ ਆਸ ਕਰਦਾ ਕਿ ਜੋ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦਾ ਮਿਸ਼ਨ ਹੈ ਪੰਜਾਬ ਨੂੰ ਅੱਗੇ ਲਿਜਾਣਾ, ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ, ਉਹਦੇ ਵਿੱਚ ਸਾਡੀ ਇਹ ਜਿਹੜੀ ਇਲੈਕਟਿਡ ਟੀਮ ਹੈ ਜਿਹਨਾਂ ਨੂੰ ਗੁਰਾਇਆ ਸ਼ਹਿਰ ਨੇ ਇੱਕ ਬਹੁਤ ਅੱਛਾ ਮੈਂਡੇਟ ਦੇ ਕੇ ਇਲੈਕਟ ਕੀਤਾ, ਇਹ ਹਰ ਇੱਕ ਕੌਂਸਲਰ ਇੱਕ ਟੀਮ ਬਣਾ ਕੇ ਵਧੀਆ ਕੌਂਸਲ ਦਾ ਕੰਮ ਕਰਨ ਔਰ ਆਪਣੇ ਇਲਾਕੇ ਨੂੰ, ਆਪਣੇ ਸ਼ਹਿਰ ਨੂੰ ਅੱਗੇ ਲਿਜਾਣ ਦਾ ਕੰਮ ਕਰਨ।
ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਦੇ ਹੁਕਮਾਂ ਅਨੁਸਾਰ ਗੁਰਾਇਆ ਮਿਊਂਸੀਪਲ ਕਮੇਟੀ ਦੇ ਵਾਈਸ ਪ੍ਰਧਾਨ ਦੀ ਚੋਣ ਕਰਵਾਈ ਗਈ, ਜਿਸ ਵਿੱਚ ਉਹਨਾਂ ਦੁਆਰਾ ਮੈਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਸੋ ਉਹ ਕਾਰਵਾਈ ਸ਼ੁਰੂ ਕਰਦਿਆਂ ਪਹਿਲਾਂ ਸਮੂਹ ਕੌਂਸਲ ਸਾਹਿਬਾਨ ਜੋ ਹਾਜ਼ਰ ਆਏ ਸੀ ਉਹਨਾਂ ਦੀ ਹਾਜ਼ਰੀ ਲਈ ਗਈ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਐਕਟ ਅਤੇ ਬਾਏ ਰੂਲਸ, ਜਿਹੜੇ ਬਾਏ ਲੋਜ਼ ਨੇ, ਉਹਨਾਂ ਬਾਰੇ ਜਾਣੂ ਕਰਵਾਇਆ ਗਿਆ। ਅਤੇ ਕੁੱਲ ਜਿਹੜੇ 11 ਮੈਂਬਰ ਸਾਹਿਬਾਨ ਅੱਜ ਹਾਜ਼ਰ ਆਏ ਸੀ। ਸੋ ਸਭ ਤੋਂ ਪਹਿਲਾਂ ਜਿਹੜੇ ਸ਼੍ਰੀਮਤੀ ਅੰਜੂ ਅਟਵਾਲ ਜੀ ਨੇ ਸ਼੍ਰੀ ਰਵਿੰਦਰਪਾਲ ਸਿੰਘ ਰਿੰਕੂ ਦਾ ਨਾਮ ਪ੍ਰਪੋਜ਼ ਕੀਤਾ, ਜਿਸ ਦੀ ਤਾਇਦ ਸ਼੍ਰੀ ਰਾਜੀਵ ਪੂੰਜੀ ਨੇ ਕੀਤੀ। ਉਸ ਤੋਂ ਬਾਅਦ ਕਿਸੇ ਹੋਰ ਕੌਂਸਲਰ ਸਾਹਿਬਾਨ ਦਾ ਨਾਮ ਪ੍ਰਪੋਜ਼ ਨਹੀਂ ਕੀਤਾ ਗਿਆ। ਸੋ ਸ਼੍ਰੀ ਰਵਿੰਦਰਪਾਲ ਸਿੰਘ ਰਿੰਕੂ ਦੇ ਲਈ ਵੋਟਾਂ ਲਈ ਸਾਰੇ ਕੌਂਸਲਰ ਸਾਹਿਬਾਨ ਨੂੰ ਪੁੱਛਿਆ ਗਿਆ ਕਿ ਜਿਹੜੇ ਉਹਨਾਂ ਦੇ ਹੱਕ 'ਚ ਵੋਟ ਪਾਉਣਾ ਚਾਹੁੰਦੇ ਉਹ ਪਾ ਸਕਦੇ ਨੇ। ਅਤੇ ਕੁੱਲ ਜਿਹੜੇ 11 ਦੇ 11 ਕੌਂਸਲਰ ਸਾਹਿਬਾਨ ਸੀ ਉਹਨਾਂ ਨੇ ਸਰਬਸੰਮਤੀ ਨਾਲ ਸ਼੍ਰੀ ਰਵਿੰਦਰਪਾਲ ਸਿੰਘ ਰਿੰਕੂ ਦੇ ਹੱਕ ਵਿੱਚ ਵੋਟ ਪਾਈ ਅਤੇ ਸ਼੍ਰੀ ਰਵਿੰਦਰਪਾਲ ਨੂੰ ਜਿਹੜਾ ਆ ਇਸ ਕੌਂਸਲ ਦਾ ਜਿਹੜਾ ਵਾਈਸ ਪ੍ਰਧਾਨ ਦੀ ਚੋਣ ਦੇ ਵਿੱਚ ਜੇਤੂ ਕਰਾਰ ਦਿੱਤਾ ਗਿਆ ਅਤੇ ਪ੍ਰੋਸੀਡਿੰਗ ਨੂੰ ਸਮਾਪਤ ਕੀਤਾ ਗਿਆ। ਧੰਨਵਾਦ। ਅੱਜ ਨਗਰ ਕੌਂਸਲ ਗੁਰਾਇਆ ਦੇ ਵਿੱਚ ਜਿਹੜੀ ਮੀਤ ਪ੍ਰਧਾਨ ਦੀ ਚੋਣ ਸੀ ਉਸ ਦੇ ਵਿੱਚ ਮੇਰੇ ਛੋਟੇ ਵੀਰ ਰਵਿੰਦਰਪਾਲ ਸਿੰਘ ਰਿੰਕੂ ਨੂੰ ਸਾਰੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਦੇ ਨਾਲ ਮੀਤ ਪ੍ਰਧਾਨ ਦਾ ਅਹੁਦਾ ਨਿਵਾਜ਼ਿਆ। ਔਰ ਪਹਿਲਾਂ ਵੀ ਇਹ ਕੰਮ ਬਹੁਤ ਆਉਂਦੇ ਹੀ ਨਾ ਕਰਨ ਦੀ ਇਹਦੇ ਵਿੱਚ ਇੱਛਾ ਆ, ਲੇਕਿਨ ਹੁਣ ਸਾਰੀ ਜ਼ਿੰਮੇਵਾਰੀ ਜਿਹੜੀ ਮੀਤ ਪ੍ਰਧਾਨ ਦੀ ਸਾਰੇ ਮੈਂਬਰ ਸਾਹਿਬਾਨ ਨੇ ਰਵਿੰਦਰਪਾਲ ਰਿੰਕੂ ਦੇ ਮੋਢਿਆਂ 'ਤੇ ਪਾਈ ਆ, ਮੈਨੂੰ ਪੂਰਨ ਯਕੀਨ ਹੈ ਕਿ ਪੂਰੀ ਮਿਹਨਤ ਕਰਕੇ ਮੇਰੇ ਦੇ ਨਾਲ ਸਾਰੇ ਕੌਂਸਲ ਸਾਥੀਆਂ ਦੇ ਸਾਡੇ ਨਾਲ ਚੱਲ ਕੇ ਔਰ ਅੱਗੇ ਇਲਾਕੇ ਸ਼ਹਿਰ ਨੂੰ ਨਮੂਨੇ ਦਾ ਨਗਰ ਤੁਹਾਨੂੰ ਬਣਾ ਕੇ ਦੇਵਾਂਗੇ। ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਇੱਕਜੁੱਟਤਾ ਦਾ ਇਹ ਅੱਜ ਪ੍ਰਗਟਾਵਾ ਕੀਤਾ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਹੀ ਆ। ਔਰ ਮੈਂ ਯਕੀਨ ਦਿਵਾਉਣਾ ਕਿ ਬਹੁਤ ਹੀ ਅੱਛਾ ਸਾਥੀ ਜਿਹੜਾ ਨਗਰ ਵਾਸੀਆਂ ਨੇ ਸਾਰੇ ਮੈਂਬਰ ਸਭਾ ਨੇ ਚੁਣਿਆ ਪਰਮਾਤਮਾ ਨੂੰ ਬਲ ਬਖਸ਼ੇਗਾ ਔਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਦੇਵਾਂਗੇ। ਧੰਨਵਾਦ। ਜੈ ਹਿੰਦ। ਔਰ ਇਸ ਦੇ ਨਾਲ ਹੀ ਮੈਂ ਸਾਡੇ ਹਾਈਕਮਾਂਡ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਪਾਰਲੀਮੈਂਟ ਔਰ ਸਾਡੇ ਵੱਡੇ ਵੀਰ ਚੌਧਰੀ ਬਿਕਰਮਜੀਤ ਸਿੰਘ ਜੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਹੀਰੇ ਦੀ ਪਰਖ ਕੀਤੀ ਔਰ ਇਹ ਮੀਤ ਪ੍ਰਧਾਨ ਦੀ ਇੱਕ ਜ਼ਿੰਮੇਵਾਰੀ ਦਾ ਜਿਹੜਾ ਅਹੁਦਾ ਆ ਉਹ ਰਵਿੰਦਰਪਾਲ ਨੂੰ ਦੇ ਕੇ ਨਿਵਾਜਿਆ। ਧੰਨਵਾਦ। ਜੈ ਹਿੰਦ। ਅੱਜ ਗੁਰਾਇਆ ਨਗਰ ਕੌਂਸਲ ਦੇ ਵਿੱਚ ਜੋ ਵਾਈਸ ਪ੍ਰਧਾਨ ਦੀ ਚੋਣ ਜੋ ਕਿ ਹਰੇਕ ਸਾਲ ਬਾਅਦ ਹੁੰਦੀ ਹੈ ਉਸ ਦੇ ਵਿੱਚ ਸਾਡੇ ਨਗਰ ਕੌਂਸਲ ਮੈਂਬਰਸ ਨੇ ਜੋ ਮੈਨੂੰ ਸਰਬਸੰਮਤੀ ਦੇ ਨਾਲ ਇੱਕ ਸਾਲ ਦੇ ਲਈ ਵਾਈਸ ਪ੍ਰਧਾਨਗੀ ਦਾ ਮੌਕਾ ਦਿੱਤਾ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਆਸ ਦੋਨਾਂ ਇਹਨਾਂ ਨੂੰ ਕਿ ਵੀ ਜਿੰਨੀ ਇਹ ਤਨਦੇਈ ਦੇ ਨਾਲ ਮੈਨੂੰ ਜ਼ਿੰਮੇਦਾਰੀ ਇਹ ਸੌਂਪਣਗੇ ਮੈਂ ਤਨਦੇਈ ਦੇ ਨਾਲ ਉਹ ਕੰਮ ਸਾਰੇ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਰਾਂਗੇ ਔਰ ਸ਼ਹਿਰ ਨੂੰ ਇੱਕ ਗੁਰਾਇਆ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਮੈਂ ਇੱਕ ਆਪਣੇ ਵੱਲੋਂ ਸਾਰੇ ਕੌਂਸਲਸ ਦਾ ਸਾਰੇ ਸ਼ਹਿਰ ਵਾਸੀਆਂ ਦਾ ਅਤੇ ਚੌਧਰੀ ਵਿਕਰਮ ਸਿੰਘ ਹੁਣਾਂ ਦਾ ਅਤੇ ਚੌਧਰੀ ਸੰਤੋਖ ਸਿੰਘ ਹੁਣਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਮੇਰੇ ਜਿਹੇ ਨਿਮਾਣੇ 'ਤੇ ਇੱਕ ਆਸ ਰੱਖੀ ਹੈ ਜੋ ਕਿ ਸ਼ਹਿਰ ਦੀ ਡਿਵੈਲਪਮੈਂਟ ਅਸੀਂ ਰਲ ਕੇ ਕਰ ਸਕੀਏ। ਥੈਂਕ ਯੂ।